मेंबर प्रताप सिंह बाजवा अज लुधियाना पहुंचे जिथे उन्होंने एक स्कूल के निजी प्रोग्राम च शिरकत की। इस दौरान प्रताप बाजवा नूं जदों कैप्टन अमरिंदर सिंह अते नवजोत सिंह सिद्धू ते सुखी रंधावा ते चल रहे ट्विटर वार संबंधी सवाल किया गया तां उन्हां कहा कि मेरा ट्विटर बीते 2-3 महीनों तो बंद है। अरूसा आलम संबंधी सवाल पूछण ते प्रताप बाजवा ने साफ कहा कि वह ना तो कदे अरूसा आलम नूं मिले ने अते ना ही कदे कैप्टन अमरिंदर नूं। उन्हां कहा कि वह इस विवाद संबंधी जानकारी नहीं रखते अते ना ही उन्हां दी कोई वाकिफियत है। बीएसएफ दे मुद्दे नूं लैके पूछे गए सवाल ते प्रताप बाजवा ने कहा कि केंद्र ने फेडरेशन सिस्टम दी ढाल लई है। उन्हां कहा कि यह सूबे दा अधिकार हुंदा है, उसकी इजाजत तो बिना बीएसएफ का दायरा नहीं बढ़ाया जा सकता। सर झूठे नूं प्रफुल्लित करने लिए कितना महकमे वालों जो उपराले किए जा रहे हैं, स्कूलों में भी शुरू किया गया है, अपने जो बच्चे है वो कौमी पद्धर से कौमांतरी पद्धर से भी खेल रहे हैं, होर कितना उन्होंने प्रफुल्लित करने की उपराले प्रफुल्लित करने लिए यही साड़ी कोशिश है कि हमेशा ही कोई स्पोर्ट तुसी वेखदे हो उस स्पोर्ट्स नूं जिन्ना चिर तुसी नर्सरी तो नहीं पिक करते, ਤੁਸੀਂ ਇੰਟਰਨੈਸ਼ਨਲ ਸਾਰੀਆਂ ਸਪੋਰਟਸ ਵੇਖ ਲਓ, ਥਰੋਜ਼ ਤੋਂ ਇਲਾਵਾ ਸਾਰੇ ਦੇ ਸਾਰੇ ਜਿਹੜੇ ਟੌਪ ਪਲੇਅਰਸ ਨੇ ਉਹ 25 ਸਾਲ ਤੋਂ ਥੱਲੇ ਦੀ ਉਮਰ ਦੇ ਨੇ। 25 ਸਾਲ ਵਾਂਸ ਯੂ ਹੈਵ ਕ੍ਰੋਸ 25 ਫਿਰ ਤੁਸੀਂ ਉਹ ਜਿਹੜੀ ਆਪਣੀ ਟੌਪ ਲੀਗ ਹੈ ਉਹਦੇ 'ਚ ਪਾਰਟੀਸਪੇਟ ਨਹੀਂ ਕਰ ਸਕਦੇ। ਅਤੇ ਹਿੰਦੁਸਤਾਨ ਦੀ ਬਦਕਿਸਮਤੀ ਕਿ ਜਿਹੜਾ ਸਾਡਾ ਟੈਲੈਂਟ ਉਹ ਮਿਲਦਾ ਉਦੋਂ ਜਦੋਂ ਕੋਈ ਕਾਲਜ ਦੇ ਵਿੱਚ ਆਲਮੋਸਟ ਪਹੁੰਚ ਗਿਆ, ਅਤੇ ਉਹਦੇ ਵਿੱਚ ਇੰਟਰਵੀਨਿੰਗ ਪੀਰੀਅਡ ਜਿਹੜਾ ਹੁੰਦਾ ਹੈ ਐਕਸਲੈਂਸ ਦਾ, ਉਹਦੇ ਕੋਲ ਸਾਰੇ 2-3 ਸਾਲ ਰਹਿ ਜਾਂਦੇ ਨੇ। ਸੋ ਉਹ ਆਪਣਾ ਪ੍ਰਾਈਮ ਟੱਪ ਗਿਆ ਹੁੰਦਾ ਜਦੋਂ ਤੱਕ ਅਸੀਂ ਉਹਨੂੰ ਲੋਕੇਟ ਕਰਦੇ। ਸੋ ਜਿਸ ਤਰ੍ਹਾਂ ਅੱਜ ਅਸੀਂ ਇੱਥੇ ਇੰਟਰਨੈਸ਼ਨਲ ਪਬਲਿਕ ਸਕੂਲ 'ਚ ਹੀ ਆਏ ਹਾਂ, ਇਹ ਬੱਚਿਆਂ ਦੇ ਵਿੱਚ ਜੂਡੋ ਦੇ ਵੀ ਸਾਡੀ ਕੋਸ਼ਿਸ਼ ਹੈ ਕਿ ਇਹ ਇੱਕ ਨੈਸ਼ਨਲ ਸਪੋਰਟ ਹੈ ਜਪੈਨ ਦੀ, ਇੰਟਰਨੈਸ਼ਨਲੀ ਰਿਕੋਗਨਾਈਜ਼ਡ ਓਲੰਪਿਕਸ ਦੇ ਵਿੱਚ ਤੁਹਾਨੂੰ ਪਤਾ ਜੂਡੋ ਪਲੇਜ਼ ਅ ਮੇਜਰ ਰੋਲ, ਅਤੇ ਸਾਊਥ ਈਸਟ ਏਸ਼ੀਆ ਦੇ ਵਿੱਚ ਹੁਣ ਵਰਲਡ ਦੇ ਵਿੱਚ ਹੀ ਇਹ ਬਹੁਤ ਪ੍ਰਫੁੱਲਿਤ ਹੈ। ਐਂਡ ਸਪੈਸ਼ਲੀ ਨੌਜਵਾਨ ਬੱਚੀਆਂ ਜਿਹੜੀਆਂ ਨੇ ਸਾਡੀਆਂ, ਪੇਰੈਂਟਸ ਵੀ ਚਾਹੁੰਦੇ ਨੇ ਕਿ ਇਸ ਕਿਸਮ ਦੀਆਂ ਕੁਝ ਸਪੋਰਟਸ ਦੇ ਵਿੱਚ ਨੌਜਵਾਨ ਬੱਚੀਆਂ ਵੀ ਜਾਣ ਜਿਹਦੇ 'ਚ ਸੈਲਫ ਡਿਫੈਂਸ ਵੀ ਵਿੱਚ, ਇੱਕ ਤਾਂ ਉਹਨਾਂ ਨੂੰ ਹੌਸਲਾ ਹੁੰਦਾ ਉਹਦੇ ਨਾਲ, ਵੈਸੇ ਵੀ ਰੋਜ਼ ਦੀ ਜ਼ਿੰਦਗੀ ਦੇ ਵਿੱਚ ਜੇ ਤੁਸੀਂ ਜੂਡੋ ਵਰਗੀ ਸਪੋਰਟਸ ਪਾਰਟੀਸਪੇਟ ਕੀਤਾ ਤਾਂ ਬੱਚੇ 'ਚ ਹੌਸਲਾ ਹੀ ਵੱਧਦਾ। ਤਾਂ ਇਸ ਤਰ੍ਹਾਂ ਹੀ ਇਹ ਨੌਜਵਾਨ ਬੱਚਿਆਂ ਵਾਸਤੇ ਵੀ ਹੈ। ਤਾਂ ਹਿੰਦੁਸਤਾਨ ਦੇ ਵੀ ਐਤਕੀ ਓਲੰਪਿਕਸ 'ਤੇ ਤੁਹਾਨੂੰ ਪਤਾ ਪਾਰਟੀਸਪੇਟ ਅਸੀਂ ਕੀਤਾ, ਮੇ ਬੀ ਉਸ ਲੈਵਲ 'ਤੇ ਅਸੀਂ ਅਜੇ ਨਹੀਂ ਪਹੁੰਚ ਪਾਏ। ਇਹਦਾ ਬੇਸਿਕ ਇੱਕੋ ਹੀ ਸਾਰਾ ਵੱਡਾ ਕਾਰਨ ਹੈ ਕਿ ਅਸੀਂ ਟੈਲੈਂਟ ਬਹੁਤ ਲੇਟ ਏਜ ਦੇ ਵਿੱਚ ਜਾ ਕੇ ਲੱਭੀਦਾ, ਅਤੇ ਉਦੋਂ ਤੱਕ ਫਿਰ ਉਹ ਟੈਲੈਂਟ ਦਾ ਜਿਹੜਾ ਇਸਤੇਮਾਲ ਹੈ ਉਹ ਸੁਚੱਜੇ ਢੰਗ ਨਾਲ ਨਹੀਂ ਹੋ ਸਕਦਾ। ਸੋ ਇਸ ਤਰ੍ਹਾਂ ਅਸੀਂ ਇੱਕ ਬਹੁਤ ਵੱਡਾ, ਅਸੀਂ ਲੇਟਲੀ ਹੁਣ ਮੈਂ 25 ਤਰੀਕ ਨੂੰ ਜਾ ਰਿਹਾ ਹਾਂ ਬੰਬੇ, ਅਤੇ ਜਿਹੜੀ GSW ਕੰਪਨੀ ਹੈ ਜਿੰਦਲ ਸਟੀਲਸ, ਉਹਨਾਂ ਨਾਲ ਇੱਕ ਸਾਡਾ ਅੰਡਰਸਟੈਂਡਿੰਗ ਅਸੀਂ ਸਾਈਨ ਕਰ ਰਹੇ ਹਾਂ, ਜਿਸ ਦੇ ਵਿੱਚ ਉਹਨਾਂ ਨੇ ਜਿੱਥੇ ਬਲਾਰੀ ਕਰਨਾਟਕਾ ਦੇ ਵਿੱਚ ਉਹਨਾਂ ਦਾ ਆਪਣਾ ਇੱਕ ਸਟੇਟ ਆਫ ਆਰਟ, ਉਹਨਾਂ ਨੇ ਆਪਣਾ ਇੱਕ ਫੈਸਿਲਿਟੀ ਬਣਾਈ ਜਿੱਥੇ ਸਾਰੇ ਹਿੰਦੁਸਤਾਨ ਦੇ ਜੂਡੋ ਦੇ ਪਲੇਅਰਸ ਵੀ ਅਤੇ ਜੂਡੋ ਦੇ ਕੋਚਿਸ ਵੀ ਜਾਂਦੇ ਨੇ, ਫੋਰਨ ਕੋਚਿਸ ਅਤੇ ਇੰਡੀਅਨ ਜਿਹੜੇ ਟੌਪ ਇੰਟਰਨੈਸ਼ਨਲ ਕੋਚਿਸ ਫੋਰਨ ਦੇ ਅਤੇ ਹਿੰਦੁਸਤਾਨ ਦੇ ਕੋਚਿਸ ਉੱਥੇ ਨੌਜਵਾਨ ਬੱਚਿਆਂ ਨੂੰ ਟ੍ਰੇਨ ਕਰਦੇ। ਸੋ ਇਸ ਤਰ੍ਹਾਂ ਹੀ ਅਸੀਂ ਚਾਹਵਾਂਗੇ ਕਿ ਇਹ ਪੰਜਾਬ ਦੇ ਵਿੱਚ ਪ੍ਰਫੁੱਲਿਤ ਹੋਏ। ਗੁਰਦਾਸਪੁਰ ਜ਼ਿਲ੍ਹਾ ਮੇਰੇ ਨਾਲ ਹੀ ਸਾਡੇ ਆਏ ਨੇ ਬਹੁਤ ਸਾਰੇ ਇੰਟਰਨੈਸ਼ਨਲ ਪਲੇਅਰਸ, ਨੈਸ਼ਨਲ ਪਲੇਅਰਸ ਗੁਰਦਾਸਪੁਰ ਨਾਲ ਇੱਕ ਛੋਟਾ ਜਿਹਾ ਸੈਂਟਰ ਖੋਲ੍ਹਿਆ ਅਸੀਂ ਇੱਕੋ ਸਕੂਲ 'ਚ, ਪਲੱਸ 2 ਸਾਡਾ ਉੱਥੇ ਸਕੂਲ ਹੈ। ਯੂ ਵੁੱਡ ਬੀ ਸਰਪ੍ਰਾਈਜ਼ਡ ਕਿ ਘੱਟ ਤੋਂ ਘੱਟ ਮੇਰੇ ਖਿਆਲ 20-25 ਸਰਵਿੰਗ ਪੰਜਾਬ ਪੁਲਿਸ ਦੇ ਵਿੱਚ SP ਲੈਵਲ SSP ਲੈਵਲ ਦੇ ਬੱਚੇ ਜਿਹੜੇ ਕਿਸੇ ਟਾਈਮ ਜੂਡੋ ਖੇਲਦੇ ਸੀ ਅੱਜ ਉਹ ਸਪੋਰਟਸ ਦੇ ਵਿੱਚ ਨੇ। ਸੋ ਕਹਿਣ ਦਾ ਮਤਲਬ ਸੀ ਕਿ ਬਹੁਤ ਵੱਡਾ ਪੋਟੈਂਸ਼ੀਅਲ ਹੈ ਸਪੋਰਟਸ ਦੇ ਜ਼ਰੀਏ, ਨੌਕਰੀਆਂ ਵੀ ਮਿਲਦੀਆਂ ਨੇ ਸਪੋਰਟਸ ਦੇ ਜ਼ਰੀਏ, ਹੋਰ ਵੀ ਦੇਸ਼ ਦਾ ਨਾਮ ਵੀ ਰੋਸ਼ਨ ਹੁੰਦਾ। ਸੋ ਇਹ ਅਸੀਂ ਕੋਸ਼ਿਸ਼ ਹੈ ਸਾਡੀ ਕਿ ਅਸੀਂ ਸਕੂਲਾਂ ਦੇ ਵਿੱਚ ਐਂਡ ਯੂਨੀਵਰਸਿਟੀਜ਼ ਦੇ ਵਿੱਚ ਇਹਨੂੰ ਕਰੀਏ। ਨਾਲ ਹੀ ਮੈਂ ਹੁਣ ਕੋਸ਼ਿਸ਼ ਕਰ ਰਿਹਾ ਕਿ ਜਿਹੜੀ ਆਰਮਡ ਫੋਰਸਿਸ ਨੇ ਅਤੇ ਪੈਰਾਮਿਲਟਰੀ ਫੋਰਸਿਸ ਨੇ ਉਹਦੇ ਵਿੱਚ ਜ਼ਰੂਰ ਜੂਡੋ ਜਿਹੜੀ ਹੈ, ਕਿਉਂਕਿ ਤੁਹਾਨੂੰ ਪਤਾ ਜਿਹੜੇ ਸਪੋਰਟਸਮੈਨ ਨੇ ਸਾਡੇ ਟੌਪ ਸਪੋਰਟਸਮੈਨ, ਆ ਲੜਕਾ ਜਿਹੜਾ ਹੁਣ ਸਾਡਾ ਗੋਲਡ ਮੈਡਲ ਵੀ ਜਿੱਤ ਕੇ ਆਇਆ ਜੈਵਲਿਨ ਥਰੋ ਦੇ ਵਿੱਚ, ਉਹ ਵੀ ਐਕਸ ਸਮਝੋ ਬੇਸਿਕਲੀ ਸਟਿਲ ਇਨ ਦੀ ਆਰਮੀ, ਤੋ ਚੋਪੜਾ ਜਿਹੜਾ ਨੀਰਜ। ਸੋ ਇਸ ਤਰ੍ਹਾਂ ਹੀ ਇਹ ਸਾਡੀ ਕੋਸ਼ਿਸ਼ ਹੈ ਅਤੇ ਮੈਂ ਸਾਰੇ ਸਟੂ ਸਪੈਸ਼ਲੀ ਸਾਡੀ ਪੰਜਾਬ ਜੂਡੋ ਐਸੋਸੀਏਸ਼ਨ ਵੀ ਇੱਥੇ ਹੈ, ਸਾਡੇ ਅਫੀਸ਼ਲਸ ਵੀ ਆਏ ਨੇ, ਜਿਹੜੀ ਮੈਨੇਜਮੈਂਟ ਇਸ ਸਕੂਲ ਦੀ, ਮੈਂ ਉਹਨਾਂ ਦਾ ਵੀ ਸ਼ੁਕਰਾਨਾ ਕਰਨਾ ਚਾਹੁੰਦਾ ਕਿ ਉਹਨਾਂ ਨੇ ਮੌਕਾ ਦਿੱਤਾ ਬੱਚਿਆਂ ਨੂੰ। ਸਰ ਲੱਗਦਾ ਪੰਜਾਬ ਸਰਕਾਰ ਸਰ ਸਪੋਰਟਸ ਨੂੰ ਹਰਿਆਣੇ ਦੀ ਤਰਜ਼ ਦੇ ਉੱਤੇ ਅਹਿਮੀਅਤ ਦੇਣਾ ਸ਼ੁਰੂ ਕਰ ਰਹੀ ਹੈ ਜਾਂ ਦੇ ਰਹੀ ਹੈ? ਮੇਰੇ ਖਿਆਲ ਕਰੇਗੀ ਜੀ, ਕਰ ਰਹੀ ਹੈ, ਪਹਿਲੇ ਵੀ ਕਰ ਰਹੀ ਹੈ, ਅਤੇ ਹੁਣ ਵੇਖੋ ਸਾਹਿਬ ਪ੍ਰਗਟ ਸਿੰਘ ਦੇ ਬਣ ਨਾਲ ਮੈਂ ਸਮਝਦਾ ਇਟ ਇਜ਼ ਅ ਵੈਰੀ ਵੈਰੀ ਗੁੱਡ ਜਿਹੜਾ ਸਾਡਾ ਇੱਕ ਅਸੀਂ ਕਦਮ ਉਠਾਇਆ।
इंटरनेशनल वेखो हिंदुस्तान की हॉकी के कैप्टन रहे एंड किसी टाइम ही वॉज कंसिडर टू बी वन ऑफ द बेस्ट सेंटर हाफ्स इन द वर्ल्ड दुनिया के टॉप सेंटर हाफ्स के बच्च ये सन तो इन्हों के आन नाल खुद स्पोर्ट्समैन अज मिनिस्टर बन गए ने नाल उन्होंने एजुकेशन का डिपार्टमेंट देता हायर एजुकेशन भी है तो स्कूल एजुकेशन भी उन्होंने कोल है एंड ये मैं कहना ये बड़ी एक वधिया एक जोड़ी है स्पोर्ट्स का मिनिस्टर होना और एजुकेशन का अदारा कोल होना पार्लियामेंट दे विच अक्सर ये चीज चुकदा रहा जदों पहले भी भावे उत्थे हिंदू होण या सिख होण जिहड़ा भी उन्हां नाल अत्याचार हुंदा रहा है गवर्नमेंट ऑफ इंडिया कोशिश करती रही है जो भी हैल्प करन दी वेखो गवर्नमेंट ऑफ इंडिया ने हुण ईवन यूपीए की गवर्नमेंट भी मौजूदा सरकार उन्होंने कोशिश है कि जिहड़ियां इंडियन मिनोरिटीज़ ने जिहड़ा हिंदुस्तान नाल जिहड़ा दा तअल्लुक सी हिंदू ने साडे क्रिश्चन भरा ने साडे सिख भाईचारा है वो पाकिस्तान दे विच भी है उन्होंने अजकल बंगलादेश भी रौला रप्पा पै रहा जी इस तरह ही अफगानिस्तान दे विच ते अक्सर हो रहा गुरद्वारा साहब च किसे टाइम ते महाराजा रणजीत सिंह दे टाइम ते सिख जिहड़े ने उन्हां दा बड़ा नमाया रोल सी अफगानिस्तान बट आहिस्ता आहिस्ता घटता घटता हूँ तो मेरे ख्याल सारी फैमिली सारी सौ रह गई तो इंडिया ने ओपन अप किया कि जिहड़ा आना चाहता है इत्थे आए असीं उन्हूं सिटीजनशिप भी देवांगे उन्हूं जगह भी देंदे ने रहने वास्ते बहुत सारे साडे अफगानी सिख हिंदू वीर जिहड़े ने पंजाब दे विच भी ने या दिल्ली विच ज़्यादा दे हैडक्वार्टर्स ने यही हो सकता बाकी जिथे तालिबान की सरकार है उत्थे तुसीं जिथे वो अपने नैशनल्स नूं सेफगार्ड नहीं कर सकते हिंदुस्तान की गवर्नमेंट इंडियन जिहड़े नैशनल्स उत्थे बैठे ने उन्हां दी सेफगार्ड कित्थों करनगे देखो मैं समझना कि ये गवर्नमेंट ऑफ इंडिया इस किस्म की मदाखलत क्योंकि फैडरल सिस्टम है फैडरल सिस्टम के किसी सूबे की सरकार की मर्जी तो बिना जे अपने आप तुम यहोजे कानून जारी कर दोगे देखो गवर्नमेंट ऑफ इंडिया को सारे राइट्स है टू प्रोटेक्ट साडे जिहड़े इंटरनेशनल बॉर्डर्स ने भावें सी बॉर्डर्स ने भावें लैंड बॉर्डर्स ने गवर्नमेंट ऑफ इंडिया ही प्रोटेक्ट करती है बट किसी भी सूबे दे विच एंट्री करन तो पहले घट तो घट उस सूबे की सरकार की मंजूरी लैनी जरूरी जिहड़ी इस मेरा ख्याल जो चीफ मिनिस्टर साहब के मैं बयान पढ़े ने सा चरणजीत सिंह चन्नी के मुताबिक है कि गवर्नमेंट होम मिनिस्ट्री ने इन्हां दी इजाजत नहीं ली तो मेरा ख्याल उन्होंने जिन्ना चिर चीफ मिनिस्टर इजाजत नहीं देता वो जिथे पहले अगे 5-7 किलोमीटर तक रेंदे सी कंडे वाली तार तो 5 किलोमीटर के अंदर अंदर BSF कितें भी जा सकते सी चैकिंग वास्ते जा सकते सी क्योंकि उत्थे इंटरनेशनल स्मगलिंग भी होंदी है इंटरनेशनल एस्पोनाज भी होंदी है बहुत जगह के उत्ते ISI की मदाखलत भी होंदी है सो ये जिहड़ी 50 किलोमीटर की है ये बच्चे जे चीफ मिनिस्टर ने ऑल पार्टी मीटिंग बुलाई है तो मैं वेलकम करना तो मैं समझना कि ये पूर्ण हक है कोई भी बॉर्डर दी स्टेट्स हैं उहदे विच गवर्नमेंट ऑफ इंडिया अपनी उत्थों दीआं रिस्पोंसिबल स्टेट्स जिहड़ियां लोकां दीआं इलेक्टेड गवर्नमेंट्स ने उन्हां दी मंजूरी तो बिना इहो जिहा कदम नहीं उठाणा लैटर भी लिखिआ PM किसी चीज़ नहीं मैं सपोर्ट करना पूरा कि जो चीफ मिनिस्टर साहब ने ऑर्डर लैटर लिखी है प्राइम मिनिस्टर नूं उहदा संज्ञान लेना चाहिए तो उन्हों जिहड़ा ऑर्डर है BSF का ये वायलेट करता है फैडरल स्ट्रक्चर में हिंदुस्तान के उन्होंने वापस ला देखो चलो सर सुखबीर सिंह तो किसी होर हिसाब के नाल गल पेश कर रहे हैं मैं ये गल कहना कि कितने भी फैडरल स्ट्रक्चर के जे गवर्नमेंट ऑफ इंडिया जी जे ऐसा ही मदाखलत करेगी तो फिर स्टेट्स को तो पावर ही कोई नहीं रह जाएगी जी जे स्टेट्स नूं इजाजत जदों कितें हालात अगे भी पंजाब दे कितें बिगड़े ने ते जिहड़ी मौजूदा उस टाइम दीआं सरकारां सी जिथे सरकार नहीं सी फिर उस टाइम उत्थे राष्ट्रपति राज हुंदा सी या गवर्नर जरूर हुंदा सी गवर्नर को बकायदा तौर रिपोर्ट करवा के उहदी रिक्वेस्ट उत्ते ही मदाखलत हो सकदी जिस तरह पैरामिलिट्री फोर्सेज अतवाद दे विच पंजाब च रहियां ने बट उदों दे गवर्नर ने लिख के घल्लिया हुंदा सी तां ही उन्नी देर वास्ते आ सकदीआं सी इह ते बिना लिख तों आ गईआं ने तो ये एक चंगा मैं समझना गवर्नमेंट ऑफ इंडिया वालों सही ढंग नहीं है हिंदुस्तान च फैडरल सिस्टम जिहड़ा है एक फैडरल देश है
ਸੂਬਿਆਂ ਨੂੰ ਆਪਣੀਆਂ ਪਾਵਰਸ ਨੇ, ਨੈਸ਼ਨਲ ਗਵਰਨਮੈਂਟ ਨੂੰ ਆਪਣੀਆਂ ਪਾਵਰਸ ਨੇ, ਬਟ ਇਹਦੇ ਵਿੱਚ ਨੈਸ਼ਨਲ ਗਵਰਨਮੈਂਟ ਨੂੰ ਮਦਾਖਲਤ ਕਰਨਾ ਸਹੀ ਨਹੀਂ ਹੋਇਆ। ਕੁਛ ਦੇਰ ਦੇ ਵਿੱਚ ਜਿਹੜਾ ਡਰੱਗ ਹੈਗਾ ਉਹ ਇਨਕਰੀਜ਼ ਹੋਇਆ ਪੰਜਾਬ ਵਿੱਚ, ਇਸ ਆਹ ਚੀਜ਼ਾਂ ਜਿਹੜੀਆਂ ਸਮਗਲਿੰਗ ਜਿਹੜੀ ਡਰੋਨ ਦੇ ਨਾਲ ਜਾਂ ਹੋਰ। ਇਸ ਗੱਲ ਛੋਟੇ ਵੀਰ, ਮੈਂ ਤਾਂ ਮੈਂਬਰ ਆਫ ਪਾਰਲੀਮੈਂਟ ਹਾਂ, ਮੈਂ ਤਾਂ ਜਿਸ ਤਰ੍ਹਾਂ ਤੁਸੀਂ ਬਿਆਨ ਪੜ੍ਹੇ ਨੇ ਇਸ ਤਰ੍ਹਾਂ ਹੀ ਮੈਂ ਚੀਫ ਮਿਨਿਸਟਰਸ ਦੇ ਬਿਆਨ ਪੜ੍ਹੇ ਨੇ, ਚੰਨੀ ਸਾਹਿਬ ਦੇ ਵੀ ਆਏ ਨੇ, ਇਸ ਤੋਂ ਪਹਿਲੇ ਕੈਪਟਨ ਅਮਰਿੰਦਰ ਸਿੰਘ ਦੀ ਸਟੇਟਮੈਂਟਸ ਆਉਂਦੀਆਂ ਰਹੀਆਂ ਨੇ। ਐਕਚੁਅਲ ਦੇ ਵਿੱਚ ਫੈਕਟ ਕੀ ਹੈ, ਉਹ ਤਾਂ ਜਾਂ ਮਿਨਿਸਟਰੀ ਆਫ ਹੋਮ ਅਫੇਅਰਸ ਦਿੱਲੀ ਜਾਂਦੀ ਹੈ ਅਤੇ ਜਾਂ ਗਵਰਨਮੈਂਟ ਆਫ ਪੰਜਾਬ ਜਾਂਦੀ ਹੈ, ਅਤੇ ਮੇਰਾ ਖਿਆਲ ਇਟ ਇਜ਼ ਬੈਟਰ ਜੇ ਇਹੀ ਇਸ ਦਾ ਜਵਾਬ। ਸਰ, ਪਾਕਿਸਤਾਨ ਦੇ ਨਾਲ ਸੰਬੰਧਾਂ ਨੂੰ ਲੈ ਕੇ ਪਹਿਲਾਂ ਨਵਜੋਤ ਸਿੰਘ ਸਿੱਧੂ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਦੇ ਟਵੀਟ ਆਉਂਦੇ ਰਹੇ ਨੇ, ਹੁਣ ਸੁਖਜਿੰਦਰ ਰੰਧਾਵਾ ਲਗਾਤਾਰ ਰੂਸਾ ਆਲਮ ਦੇ ਨਾਲ ਸੰਬੰਧਾਂ ਨੂੰ ਲੈ ਕੇ ਪਿਛਲੇ ਦਿਨ ਪ੍ਰੈਸ ਕਾਨਫਰੰਸ ਵੀ ਕੀਤੀ ਅਤੇ ਟਵਿੱਟਰ ਵਾਰ ਸ਼ੁਰੂ ਹੋ ਚੁੱਕੀ, ਲਗਾਤਾਰ ਕੈਪਟਨ ਅਮਰਿੰਦਰ ਸਿੰਘ ਉਹਦਾ ਜਵਾਬ ਦਿੰਦੇ ਨਜ਼ਰ ਆ ਰਹੇ ਨੇ, ਕੀ ਲੱਗਦਾ ਕਿ ਆ ਵੀ ਇਹ ਸਾਰੇ ਪਾਕਿਸਤਾਨ ਦੇ ਸੰਬੰਧਾਂ ਨੂੰ ਲੈ ਕੇ ਜਿਹੜੀ ਪੰਜਾਬ ਕਾਂਗਰਸ ਆ ਕਿਸ ਦਿਸ਼ਾ ਦੀ ਹੋਰ ਚੱਲ ਰਹੀ? ਮੈਨੂੰ ਇਸ ਬਾਰੇ ਇਲਮ ਨਹੀਂ, ਮੈਂ ਤਾਂ ਕੋਈ ਪੜ੍ਹਿਆ ਨਹੀਂ ਟਵਿੱਟਰ ਲਗਾਤਾਰ ਕੱਲ੍ਹ ਮੈਂ ਆਪਣੇ ਵਾਲਾ ਟਵਿੱਟਰ 2-3 ਮਹੀਨਿਆਂ ਤੋਂ ਬੰਦ ਕੀਤਾ, ਤਾਂ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਹੈ। ਮੈਂ ਉਹਨਾਂ ਦਾ ਵਾਕਫ ਨਹੀਂ, ਜਿਹੜੇ ਕੋਈ ਵਾਕਫ ਨੇ ਉਹ ਹੀ ਉਹਨਾਂ 'ਤੇ ਬਿਆਨ ਦੇ ਸਕਦੇ, ਮੈਂ ਵਾਕਫ ਜਿਹੜਾ ਤੁਸੀਂ ਨਾਮ ਬੋਲਿਆ, ਮੈਂ ਤਾਂ ਤੁਹਾਡੇ ਜ਼ਰੀਏ ਨਾਂ ਸੁਣ ਰਿਹਾ, ਮੇਰੀ ਵੀ ਵਾਕਫੀਅਤ ਹੈ ਨਹੀਂ, ਨਾ ਮੈਂ ਕੈਪਟਨ ਸਾਹਿਬ ਨਾਲ ਕਦੇ ਕੋਈ ਮੁਲਾਕਾਤ ਕੀਤੀ ਕਿ ਮੈਨੂੰ ਜਾਣਕਾਰੀ ਹੋਏ, ਸੋ ਮੈਂ ਇਹਦੇ 'ਤੇ ਕੋਈ ਟਿੱਪਣੀ ਕਰਨਾ ਨਹੀਂ ਚਾਹੁੰਦਾ। ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ, ਸਿਟੀ ਹੋਮ ਨਿਊਜ਼।